ਸਾਹਿਬ ਛਕ ਲਿਆ ਜੀ ਪ੍ਰਸ਼ਾਦਾ। ਹਾਂਜੀ ਛਕ ਲਿਆ। ਕਿੰਨਾ ਟਾਈਮ ਹੋ ਗਿਆ ਚੱਲਦਿਆਂ ਨੂੰ ਜੀ? 6 ਘੰਟੇ ਪੂਰੇ। 1:28 ਤੇ ਚੱਲੇ ਸੀ, ਹੁਣ ਕਿੰਨੇ ਹੋ ਗਏ ਜੀ? 7:30। 7:35। 7:35 6 ਘੰਟੇ ਹੋ ਗਏ ਜੀ ਚੱਲਦਿਆਂ ਨੂੰ ਪ੍ਰਸ਼ਾਦਾ ਛਕ ਲਿਆ। ਟੱਲੇਵਾਲ ਪਹੁੰਚ ਗਏ ਲਗਭਗ, ਅਸੀਂ 22-23 ਕਿਲੋਮੀਟਰ ਆ ਗਏ ਆਪਦੇ ਪਿੰਡੇ ਤੋਂ। ਅਤੇ ਅੱਜ ਦਾ ਸਾਡਾ ਅੱਗੇ ਪਿੰਡ ਲਗਭਗ 26-27 ਕਿਲੋਮੀਟਰ ਹੋਰ ਹੈ, ਨੀਅਰ ਅਬਾਊਟ 50 ਕਿਲੋਮੀਟਰ ਦਾ ਸਾਡਾ ਅੱਜ ਪਿੰਡ ਹੈ। ਪੁੱਟਰ ਜਾ ਕੇ ਅਸੀਂ ਅੱਜ ਰਹਾਂਗੇ। ਅਤੇ ਪਹਿਲਾਂ ਜ਼ਿਆਦਾ ਹਨੇਰੇ ਦਾ ਵਲੋਗ ਤਾਂ ਕਰਕੇ ਨਹੀਂ ਬਣਾਇਆ ਵੀ ਹਨੇਰੇ 'ਚ ਦਿਖਦਾ ਤਾਂ ਹੈ ਨਹੀਂ ਸੀ ਕੁਛ। ਅਤੇ ਹੁਣ ਤੁਹਾਨੂੰ ਦਿਨ ਦੇ ਵਿੱਚ ਇੱਕ ਇੱਕ ਛੋਟੀ ਛੋਟੀ ਇੱਕ ਇੱਕ 2-2 ਮਿੰਟ ਦੀਆਂ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੰਦੇ ਰਹਾਂਗੇ, ਕਿੱਥੇ ਖੜ੍ਹਦੇ ਹਾਂ, ਕਿੱਥੇ ਬੈਠਦੇ ਹਾਂ, ਕਿੱਥੇ ਚਾਹ ਪੀਂਦੇ ਹਾਂ। ਅਤੇ ਹੋਰ ਸਿਹਤਾਂ ਕਾਇਮ ਨੇ ਬਿਰਕ ਸਾਹਿਬ? ਬਿਲਕੁਲ ਕਾਇਮ ਨੇ ਜੀ, ਬਾਗੋ ਬਾਗ ਪਤਾ ਲੱਗਦਾ। ਲੈ ਮੁੱਛਾਂ ਮੱਛਾਂ ਸੈੱਟ ਕਰਦੇ ਆ, ਪੱਗ ਨਵੀਂ ਬੰਨੀ ਹੈ। ਚਲੋ ਜੀ ਆ ਜਾਓ, ਮਿਲਦੇ ਹਾਂ ਅੱਗੇ।